ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੈਨੂੰ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਚਾਣਕਿਆ ਨੀਤੀ ਬੁਰਾ ਹੈ ਅੱਗ ਬ੍ਰਾਹਮਣ ਗੁਰੂ ਕੁਮਾਰੀ ਕੰਨਿਆ ਬਾਲਕ ਬੁੱਢੀ ਔਰਤ ਨੂੰ ਕਦੇ ਪੈਰ ਨਾਲ ਨਹੀਂ ਛੋਹਣਾ ਚਾਹੀਦਾ ਇਹ ਸਭ ਲੋਕਾਂ ਦੇ ਪੂਜਣ ਯੋਗ ਹੁੰਦੇ ਹਨ ਇਸ ਲਈ ਕਿ ਅੱਗ ਨੂੰ ਪੈਰ ਨਾਲ ਛੋਹਣ ਤੇ ਸੜ ਜਾਣ ਦਾ ਖਤਰਾ ਹੁੰਦਾ ਹੈ ਬ੍ਰਾਹਮਣ ਅਤੇ ਗੁਰੂ ਦਾ ਗੁੱਸਾ ਬਹੁਤ ਬੁਰਾ ਹੁੰਦਾ ਹੈ ਉਹ ਹਮੇਸ਼ਾ ਆਦਰ ਲਈ ਹੁੰਦੇ ਹਨ ਉਹਨਾਂ ਦੇ ਆਦਰ ਤੋਂ ਹੀ ਗਿਆਨ ਮਿਲਦਾ ਹੈ ਕੁਆਰੀ ਕੁੜੀ ਅਤੇ ਬਾਲਕ ਭਗਵਾਨ ਦਾ ਹੀ ਅੰਸ਼ ਮੰਨੇ ਜਾਂਦੇ ਹਨ ਉਂਝ ਵੀ ਅਸੀਂ ਲੋਕ ਜਿਨ੍ਹਾਂ ਦਾ ਆਦਰ ਕਰਦੇ ਹਾਂ ਇੱਜ਼ਤ ਕਰਦੇ ਹਾਂ ਜੋ ਲੋਕ ਆਪਣੇ ਤੋਂ ਵੱਡੇ ਹਨ ਸਮਝਦਾਰ ਹਨ ਗਿਆਨੀ ਹਨ ਉਹਨਾਂ ਨੂੰ ਕਦੇ ਵੀ ਪੈਰ ਨਾਲ ਨਹੀਂ ਛੋਹਣਾ ਚਾਹੀਦਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ